Welcome to Rua Perfect Classes. In this video, I will discuss about economics of class 9th under Punjab School Education Board. Chapter number 1st, Ik Pind Di Kahani. Arthshastar. Arthshastar. That means economics. ਕਹਿੰਦਾ ਅਰਥ ਸ਼ਾਸਤਰ ਤੇ ਇਸ ਦੀਆਂ ਜਿਹੜੀਆਂ ਮੁੱਢਲੀਆਂ ਧਾਰਨਾਵਾਂ ਹੈਗੀਆਂ ਜਿਹੜੀ ਇਹਦੀਆਂ ਮੇਨ ਕੁਝ ਅਜੰਪਸ਼ਨਸ ਹੈਗੀਆਂ ਧਾਰਨਾਵਾਂ ਹੈਗੀਆਂ ਜਿਨ੍ਹਾਂ ਦਾ ਅਰਥ ਸ਼ਾਸਤਰ ਵਿੱਚ ਇੱਕ ਵਿਸ਼ੇਸ਼ ਮੀਨਿੰਗ ਹੈ ਇੱਕ ਸਪੈਸ਼ਲ ਮੀਨਿੰਗ ਹੈ ਤੇ ਉਹਦੇ ਬਾਰੇ ਜਾਣਨਾ ਇਸ ਪਾਠ ਦਾ ਕੀ ਇੰਪੋਰਟੈਂਸ ਹੈਗਾ ਕੀ ਮੰਤਵ ਹੈਗਾ ਭਾਰਤ ਦੇ ਇੱਕ ਭਾਰਤ ਦੀ ਇੱਕ ਪਿੰਡ ਦੀ ਕਾਲਪਨਿਕ ਕਹਾਣੀ ਰਾਹੀਂ ਉਤਪਾਦਨ ਦੇ ਸਾਧਨ ਦੀ ਸਹਾਇਤਾ ਨਾਲ ਪਿੰਡਾਂ ਵਿੱਚ ਕੀਤੀਆਂ ਜਾਂਦੀਆਂ ਉਤਪਾਦਨ ਗਤੀਵਿਧੀਆਂ ਬਾਰੇ ਇਸ ਪਾਠ ਵਿੱਚ ਦੱਸਿਆ ਗਿਆ ਉਤਪਾਦਨ ਕਿਹਨੂੰ ਕਹਿੰਦੇ ਆ ਪ੍ਰੋਡਕਸ਼ਨ ਨੂੰ ਕਹਿੰਦੇ ਆ ਵੀ ਪ੍ਰੋਡਕਸ਼ਨ ਕਰਨ ਵਾਸਤੇ ਕਿਹੜੇ ਕਿਹੜੇ ਸੋਰਸ ਯੂਜ਼ ਕੀਤੇ ਜਾਂਦੇ ਸੀ ਅਤੇ ਉਹਨਾਂ ਦੀਆਂ ਗਤੀਵਿਧੀਆਂ ਬਾਰੇ ਇਹਦੇ ਵਿੱਚ ਦੱਸਿਆ ਹੋਇਆ ਕੀ ਕਹਿੰਦਾ ਪਿਆਰੇ ਵਿਦਿਆਰਥੀਓ ਤੁਸੀਂ ਜਾਣਦੇ ਹੀ ਹੋ ਕਿ ਹਰ ਰੋਜ਼ ਤੁਹਾਡੇ ਰੋਜ਼ਾਨਾ ਲਾਈਫ ਦੇ ਵਿੱਚ ਨਾ ਕਿੰਨੀਆਂ ਹੀ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਦੀ ਤੁਹਾਨੂੰ ਲੋੜ ਪੈਂਦੀ ਹੈ ਜਿਵੇਂ ਤੁਹਾਨੂੰ ਆਪਣੇ ਭੁੱਖ ਨੂੰ ਮਿਟਾਉਣ ਲਈ ਭੁੱਖ ਨੂੰ ਸੰਤੁਸ਼ਟ ਕਰਨ ਲਈ ਤੁਸੀਂ ਭੋਜਨ ਕਰਦੇ ਹੋ ਫੂਡ ਖਾਂਦੇ ਹੋ ਆਪਣੇ ਸਰੀਰ ਨੂੰ ਢੱਕਣ ਲਈ ਕੱਪੜਾ ਪਾਉਂਦੇ ਆ ਰਹਿਣ ਵਾਸਤੇ ਤੁਹਾਨੂੰ ਘਰ ਚਾਹੀਦਾ ਹੈ ਕਹਿੰਦਾ ਮਤਲਬ ਰੋਟੀ ਕੱਪੜਾ ਮਕਾਨ ਜਾਂ ਇੱਕ ਥਾਂ ਤੋਂ ਦੂਜੇ ਥਾਂ ਜਾਣ ਲਈ ਤੁਹਾਨੂੰ ਟਰਾਂਸਪੋਰਟ ਦੀ ਸਹਾਇਤਾ ਚਾਹੀਦੀ ਹੈ ਠੀਕ ਹੈ ਆਵਾਜਾਈ ਲਈ ਵਾਹਨ ਚਾਹੀਦਾ ਹੈ ਕਹਿੰਦਾ ਮਨੋਰੰਜਨ ਦੇ ਲਈ ਤੁਹਾਨੂੰ ਟੈਲੀਵਿਜ਼ਨ ਚਾਹੀਦਾ ਰੇਡੀਓ ਚਾਹੀਦਾ ਹੁਣ ਤੁਸੀਂ ਮੋਬਾਈਲ ਦੇ ਵਿੱਚ ਵੀ ਇੰਟਰਨੈਟ ਯੂਜ਼ ਕਰਦੇ ਹੋ ਮੋਬਾਈਲ 'ਚ ਗੇਮਾਂ ਵਗੈਰਾ ਖੇਡਦੇ ਹੋ ਕਾਹਦੇ ਲਈ ਕਰਦੇ ਹੋ ਆਪਣੇ ਇੰਜੋਇਮੈਂਟ ਦੇ ਲਈ ਕਰਦੇ ਆਪਣੀ ਲੋੜਾਂ ਨੂੰ ਪੂਰੀਆਂ ਕਰਦੇ ਹੋ ਆਪਣੇ ਆਪ ਨੂੰ ਸੈਟਿਸਫਾਈ ਕਰਨ ਲਈ ਇਹਨਾਂ ਨੂੰ ਯੂਜ਼ ਕਰਦੇ ਹੋ ਕਹਿੰਦਾ ਉਹ ਵਸਤੂਆਂ ਅਤੇ ਸੇਵਾਵਾਂ ਜੋ ਸਾਡੀਆਂ ਲੋੜਾਂ ਪੂਰੀਆਂ ਕਰਦੀਆਂ ਹਨ ਅਤੇ ਜਿਨ੍ਹਾਂ ਰਾਹੀਂ ਉਹ ਲੋੜਾਂ ਪੂਰੀਆਂ ਹੁੰਦੀਆਂ ਹਨ ਉਹਨਾਂ ਨੂੰ ਸਾਧਨ ਕਿਹਾ ਜਾਂਦਾ ਹੈ ਅਰਥ ਸ਼ਾਸਤਰ ਜਿਹੜਾ ਹੈ ਇਹਦੇ ਵਿੱਚ ਆ ਇਸ ਬੋਕਸ ਦੇ ਵਿੱਚ ਇੱਕ ਗੱਲ ਕਹੀ ਗਈ ਹੈ ਕਹਿੰਦਾ ਅਰਥ ਸ਼ਾਸਤਰ ਮਨੁੱਖੀ ਵਰਤਾਰੇ ਵਿਵਹਾਰ ਦਾ ਉਹ ਵਿਗਿਆਨ ਹੈ ਉਹ ਸਾਇੰਸ ਹੈ ਜਿਸ ਦਾ ਸੰਬੰਧ ਦੁਰਲੱਭ ਸਾਧਨਾਂ ਦਾ ਪ੍ਰਯੋਗ ਹੈ ਦੁਰਲੱਭ ਦਾ ਮਤਲਬ ਹੁੰਦਾ ਹੈ ਕਿ ਜਿਹੜੀਆਂ ਚੀਜ਼ਾਂ ਬਹੁਤ ਥੋੜ੍ਹੀਆਂ ਲਿਮਿਟਿਡ ਹੈਗੀਆਂ ਸਾਨੂੰ ਹਿਸਾਬ ਨਾਲ ਉਹਨਾਂ ਨੂੰ ਯੂਜ਼ ਕਰਨਾ ਚਾਹੀਦਾ ਹੈ ਦੁਰਲੱਭ ਸਾਧਨਾਂ ਦਾ ਉਹ ਪ੍ਰਯੋਗ ਹੈ ਅਜਿਹੇ ਢੰਗ ਨਾਲ ਕਰਨ ਲਈ ਕਿਹਾ ਗਿਆ ਹੈ ਜਿਸ ਨਾਲ ਜਿਹੜਾ ਉਪਭੋਗਤਾ ਹੈ ਯਾਨੀ ਕਿ ਜਿਹੜਾ ਕੰਜ਼ਿਊਮਰ ਹੈਗਾ ਨਾ ਉਸ ਦਾ ਵੱਧ ਤੋਂ ਵੱਧ ਫਾਇਦਾ ਲੈ ਸਕੇ ਉਸ ਨੂੰ ਵੱਧ ਤੋਂ ਵੱਧ ਉਹਨੂੰ ਸੰਤੁਸ਼ਟੀ ਮਿਲ ਸਕੇ ਕਹਿੰਦਾ ਉਤਪਾਦਕ ਅਧਿਕਤਮ ਲਾਭ ਪ੍ਰਾਪਤ ਕਰ ਸਕੇ ਮਤਲਬ ਜਿਸ ਜਿਹੜਾ ਉਸਨੂੰ ਪ੍ਰੋਡਿਊਸ ਕਰਦਾ ਹੈ ਉਸਨੂੰ ਵੀ ਵੱਧ ਤੋਂ ਵੱਧ ਲਾਭ ਹੋਵੇ ਅਤੇ ਜਿਹੜਾ ਉਹਨੂੰ ਯੂਜ਼ ਕਰਨ ਲੱਗਿਆ ਉਹਨੂੰ ਵੀ ਵੱਧ ਤੋਂ ਵੱਧ ਉਹਨੂੰ ਲਾਭ ਮਿਲੇ ਵੀ ਉਹ ਇਸ ਢੰਗ ਨਾਲ ਇਹ ਚੀਜ਼ਾਂ ਨੂੰ ਯੂਜ਼ ਕਰੇ ਤਾਂ ਕਿ ਉਹ ਵੇਸਟੇਜ ਨਾ ਹੋਵੇ ਅਤੇ ਉਹਨਾਂ ਦੀ ਵੱਧ ਤੋਂ ਵੱਧ ਉਹਨਾਂ ਦਾ ਯੂਜ਼ ਕੀਤਾ ਜਾ ਸਕੇ ਸਮਾਜ ਆਪਣੀ ਭਲਾਈ ਅਧਿਕਤਮ ਕਰ ਸਕੇ ਔਰ ਸੁਸਾਇਟੀ ਦਾ ਵੀ ਇਹਦੇ ਵਿੱਚ ਭਲਾ ਹੋ ਸਕੇ ਵੱਧ ਤੋਂ ਵੱਧ ਭਲਾ ਕੀਤਾ ਜਾ ਸਕੇ ਸਮਾਜ ਦਾ ਵੀ ਅਤੇ ਹੁਣ ਕਹਿੰਦਾ ਇਹਦੇ ਵਿੱਚ ਬਹੁਤ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਆਉਂਦੀਆਂ ਹੁਣ ਸੋਰਸ ਨੂੰ ਹੋਰ ਕੀ ਬੋਲਿਆ ਜਾਂਦਾ ਮੀਨਸ ਵੀ ਕਹਿੰਦੇ ਆਪਾਂ ਸੋਰਸ ਨੂੰ ਆਪਾਂ ਮੀਨਸ ਵੀ ਬੋਲ ਸਕਦੇ ਹਾਂ ਕਹਿੰਦਾ ਸਾਡੀ ਇੱਕ ਲੋੜ ਪੂਰੀ ਹੋਣ ਅਤੇ ਦੂਜੀ ਨਵੀਂ ਲੋੜ ਪੈਦਾ ਹੋ ਜਾਂਦੀ ਹੈ ਜਦੋਂ ਅਸੀਂ ਇੱਕ ਆਪਣੀ ਨੀਡ ਪੂਰੀ ਕਰਦੇ ਹਾਂ ਤਾਂ ਨਾਲ ਹੀ ਦੂਜੀ ਪੈਦਾ ਹੋ ਜਾਂਦੀ ਹੈ ਫੋਰ ਐਗਜ਼ਾਮਪਲ ਤੁਸੀਂ ਕਿਹਾ ਕਿ ਵੀ ਮੈਨੂੰ ਨਾ ਆਪਣੇ ਪੇਰੈਂਟਸ ਨੂੰ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਨਾ ਨਵਾਂ ਸੂਟ ਚਾਹੀਦਾ ਜਾਂ ਬੋਆਇਜ਼ ਨੇ ਕਿਹਾ ਮੈਨੂੰ ਕੀ ਕਹਿੰਦੇ ਆ ਮੈਂ ਨਾ ਵਾਚ ਲੈਣੀ ਹੈ ਵਧੀਆ ਵਾਲੀ ਠੀਕ ਹੈ ਜਦੋਂ ਉਹਦੇ ਪੇਰੈਂਟਸ ਨੇ ਉਹਨੂੰ ਵਾਚ ਲੈ ਕੇ ਦੇਤੀ ਜਾਂ ਉਸ ਕੁੜੀ ਨੂੰ ਉਹਨੂੰ ਸੂਟ ਨਵਾਂ ਲੈ ਕੇ ਦੇਤਾ ਉਹਦੀ ਡਿਮਾਂਡ ਫਿਰ ਇੱਕ ਹੋਰ ਲੋੜ ਪੈਦਾ ਹੋ ਗਈ ਕਹਿੰਦਾ ਉਹ ਜਿਹੜੀ ਕੁੜੀ ਕਹਿੰਦੀ ਹੈ ਕਿ ਵੀ ਸੂਟ ਹੈ ਸੂਟ ਨਾਲ ਮੈਚਿੰਗ ਮੈਨੂੰ ਜੁੱਤੀ ਵੀ ਚਾਹੀਦੀ ਹੈ ਦੂਜੇ ਪਾਸੇ ਮੁੰਡਾ ਕਹਿੰਦਾ ਵੀ ਮੇਰੇ ਕੋਲ ਘੜੀ ਹੈ ਤਾਂ ਮੈਨੂੰ ਵਧੀਆ ਕੱਪੜੇ ਵੀ ਚਾਹੀਦੇ ਹੈਗੇ ਆ ਮੇਰੇ ਕੋਲ ਗੋਗਲਸ ਵੀ ਵਧੀਆ ਹੋਣੀ ਚਾਹੀਦੀ ਹੈ ਹੁਣ ਮੇਰੇ ਕੋਲ ਫਿਰ ਕਹਿੰਦਾ ਮੈਨੂੰ ਕੋਲ ਬਾਈਕ ਵੀ ਹੋਣੀ ਚਾਹੀਦੀ ਹੈ ਅਤੇ ਮਤਲਬ ਇੱਕ ਬੰਦੇ ਦੇ ਨਾ ਲੋੜਾਂ ਪੂਰੀਆਂ ਇੱਕ ਲੋੜ ਪੂਰੀ ਹੁੰਦੀ ਦੂਜੀ ਪੈਦਾ ਹੁੰਦੀ ਜਾਂਦੀ ਹੈ ਲੋੜਾਂ ਕਦੇ ਖਤਮ ਨਹੀਂ ਹੁੰਦੀਆਂ ਤਾਂ ਸਾਡੀਆਂ ਲੋੜਾਂ ਜਿਹੜੀਆਂ ਉਹ ਅਨਲਿਮਿਟਿਡ ਹੈ ਅਸੀਮਿਤ ਹੈ ਪਰ ਸਾਡੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਲੇ ਜਿਹੜੇ ਸਾਧਨ ਹੈਗੇ ਨਾ ਉਹ ਸੀਮਿਤ ਹੈਗੇ ਲਿਮਿਟਿਡ ਹੈਗੇ ਦੁਰਲੱਭ ਹੈ
ਮਨੁੱਖ ਨੂੰ ਇਹ ਨਿਰਧਾਰਿਤ ਕਰਨਾ ਪੈਂਦਾ ਹੈ ਕਿ ਕਿਹੜੀਆਂ ਲੋੜਾਂ, ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਉਪਲਬਧ ਹੈਗੀਆਂ ਹੈ, ਅਤੇ ਉਹ ਕਿ ਉਸ ਨੂੰ ਕਿਸ ਤਰ੍ਹਾਂ ਵੱਧ ਤੋਂ ਵੱਧ ਆਪਣੀ ਲੋੜਾਂ ਉਹਦੇ ਨਾਲ ਪੂਰੀਆਂ ਕਰ ਸਕੇ। ਕਹਿੰਦਾ ਉਦਾਹਰਨ ਵਜੋਂ ਘਰ ਵਿੱਚ ਦੁੱਧ ਦੀ ਮਾਤਰਾ ਇੱਕ ਲਿਮਿਟਿਡ ਮਾਤਰਾ ਹੁੰਦੀ ਹੈ, ਪਰ ਸਾਨੂੰ ਦੁੱਧ ਨਾਲ ਬਣੀਆਂ ਹੋਰ ਵੀ ਚੀਜ਼ਾਂ ਜਿਵੇਂ ਦਹੀਂ, ਲੱਸੀ, ਮੱਖਣ, ਪਨੀਰ, ਮਠਿਆਈ ਆਦਿ ਵੀ ਲੋੜ ਸਾਡੀ ਹੁੰਦੀ ਹੈ। ਅਸੀਂ ਆਪਣੀ ਸੀਮਿਤ ਸਾਧਨ ਦੁੱਧ ਦੀ ਵਰਤੋਂ ਇਸ ਤਰ੍ਹਾਂ ਕਰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਹੋ ਸਕੇ। ਪੂਰਾ ਦਿਨ ਅਸੀਂ ਆਪਣੀਆਂ ਇਹਨਾਂ ਲੋੜਾਂ ਦੀਆਂ ਸੰਤੁਸ਼ਟੀ ਲਈ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਯਤਨ ਕਰਦੇ ਰਹਿੰਦੇ ਹਾਂ। ਕਹਿੰਦਾ ਮਨੁੱਖ ਜਿਹੜਾ ਹੈ ਨਾ, ਉਹ ਮਨੁੱਖ ਵੱਲੋਂ ਸੀਮਿਤ ਸਾਧਨਾਂ ਨਾਲ ਅਸੀਮਿਤ ਲੋੜਾਂ ਦੀ ਪੂਰਤੀ ਕਰਨ ਵਾਲੇ ਵਿਵਹਾਰ ਦੇ ਅਧਿਐਨ ਨੂੰ ਹੀ ਅਰਥਸ਼ਾਸਤਰ ਕਿਹਾ ਗਿਆ ਹੈ। ਮਤਲਬ ਕਿ ਅਰਥਸ਼ਾਸਤਰ ਐਕਚੁਅਲ 'ਚ ਕਿਹਨੂੰ ਕਿਹਾ ਗਿਆ, ਜਦੋਂ ਆਪਾਂ ਸਟੱਡੀ ਕਰਦੇ ਹਾਂ ਕਿਸੇ ਚੀਜ਼ ਦੀ, ਕਿਸ ਚੀਜ਼ ਦੀ ਸਟੱਡੀ ਕਰ ਰਹੇ ਆਪਾਂ, ਜਦੋਂ ਅਸੀਂ ਅਨਲਿਮਿਟਿਡ ਜਿਹੜੀਆਂ ਨੀਡਸ ਹੈ ਉਹਨਾਂ ਨੂੰ ਫੁਲਫਿਲ ਕਰਨ ਵਾਸਤੇ, ਅਨਲਿਮਿਟਿਡ ਨੀਡਸ ਨੂੰ ਫੁਲਫਿਲ ਕਰਨ ਲਈ ਆਪਾਂ ਜਿਹੜੇ ਲਿਮਿਟਿਡ ਸੋਰਸਿਸ ਯੂਜ਼ ਕਰਦੇ ਹਾਂ, ਉਹਨਾਂ ਸੋਰਸਿਸ ਨੂੰ ਕਿਵੇਂ ਯੂਜ਼ ਕੀਤਾ ਜਾਵੇ, ਉਹ ਕਿਵੇਂ ਮਤਲਬ ਕਿਵੇਂ ਸਾਨੂੰ ਸੈਟਿਸਫਾਈ ਕਰ ਸਕਣ, ਸਾਡੀਆਂ ਸਾਰੀਆਂ ਲੋੜਾਂ ਨੂੰ ਪੂਰੀਆਂ ਕਰ ਸਕੇ, ਉਹਦੇ ਬਾਰੇ ਜਿਹੜੀ ਆਪਾਂ ਪੜ੍ਹਾਈ ਕਰਦੇ ਹਾਂ, ਜਿਹੜਾ ਅਧਿਐਨ ਕਰਦੇ ਹਾਂ, ਜਿਹੜੀ ਸਟੱਡੀ ਕਰਦੇ ਹਾਂ, ਉਹਨੂੰ ਇਹ ਅਰਥਸ਼ਾਸਤਰ ਕਿਹਾ ਜਾਂਦਾ ਹੈ। ਕਹਿੰਦਾ ਕਿ ਪਹਿਲੇ ਨਾ ਕੁਝ ਧਾਰਨਾਵਾਂ ਬਣਾਈਆਂ ਜਾਂਦੀਆਂ ਸੀ ਕਿ ਅਰਥਸ਼ਾਸਤਰ ਵਿੱਚ ਵਿਸ਼ੇਸ਼ ਅਰਥ ਹੁੰਦਾ ਹੈ, ਉਸਦੇ ਬਾਰੇ ਪਹਿਲੇ ਅਸੀਂ ਪੜ੍ਹਾਂਗੇ ਕੀ ਹੁੰਦਾ। ਕਹਿੰਦਾ ਅਰਥਸ਼ਾਸਤਰ ਦੀਆਂ ਕੁਝ ਮੁੱਢਲੀਆਂ ਧਾਰਨਾਵਾਂ, ਕੁਝ ਬੇਸਿਕ ਕੋਨਸੈਪਟ ਹੈਗੇ ਆ। ਪਹਿਲਾ ਹੈਗਾ ਗੁੱਡਸ। ਗੁੱਡਸ ਕਿਹਨੂੰ ਕਹਿੰਦੇ ਆ, ਵਸਤੂਆਂ ਨੂੰ ਬੋਲਦੇ ਹਾਂ, ਉਹ ਚੀਜ਼ਾਂ ਜਿਹਨਾਂ ਨੂੰ ਤੁਸੀਂ ਛੂ ਸਕੋ, ਟੱਚ ਕਰ ਸਕੋ, ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਮਨੁੱਖ ਦੀ ਲੋੜਾਂ ਨੂੰ ਸੰਤੁਸ਼ਟ ਕਰਦੀਆਂ। ਦੂਜੇ ਸ਼ਬਦਾਂ 'ਚ ਅਸੀਂ ਕਹਿ ਸਕਦੇ ਹਾਂ ਕੋਈ ਵੀ ਚੀਜ਼ ਜਿਹਦੇ ਨਾਲ ਮਨੁੱਖ ਦੀ ਲੋੜ ਨੂੰ ਸੰਤੁਸ਼ਟ ਕੀਤਾ ਜਾ ਸਕਦਾ ਹੈ, ਉਹ ਉਸਦੀ ਮਤਲਬ ਸੰਤੁਸ਼ਟ ਕਰਨ ਦੀ ਜਿਹੜੀ ਉਹਦੀ ਕਪੈਸਿਟੀ ਹੈਗੀ ਹੁੰਦੀ ਹੈ, ਉਹ ਵਸਤੂ ਕਹਾਉਂਦੀ ਹੈ। ਜਿਵੇਂ ਕਿ ਰੇਡੀਓ ਹੈ, ਪੱਖਾ ਹੈ, ਮੋਬਾਈਲ ਹੈ, ਫੋਨ ਹੈ, ਘਰ ਹੈ, ਜਾਂ ਮਤਲਬ ਕੋਈ ਵੀ ਚੀਜ਼ ਜਿਹੜੀ ਤੁਹਾਡੀਆਂ ਜ਼ਰੂਰਤਾਂ ਨੂੰ ਪੂਰੀ ਕਰਦੇ, ਤੁਹਾਨੂੰ ਸੈਟਿਸਫੈਕਸ਼ਨ ਦਿੰਦੀ ਹੈ, ਉਹ ਕੀ ਹੈ? ਗੁੱਡਸ ਹੈ। ਨਾਓ ਸੇਵਾਵਾਂ। ਸੇਵਾਵਾਂ ਕਿਹਨੂੰ ਕਹਿੰਦੇ? ਸਰਵਿਸਿਜ਼। ਜਿਵੇਂ ਹੁਣ ਮੈਂ ਤੁਹਾਨੂੰ ਟੀਚ ਕਰਦੀ ਪਈ ਹਾਂ, ਤਾਂ ਇਹ ਕੀ ਹੈ? ਮੈਂ ਤੁਹਾਨੂੰ ਸਰਵਿਸ ਦੇ ਰਹੀ ਹਾਂ, ਇਹ ਸੇਵਾਵਾਂ ਹੈ। ਇੱਕ ਵਕੀਲ ਜਿਹੜਾ ਹੈਗਾ ਉਹ ਵੀ ਸੇਵਾ ਦਿੰਦਾ, ਠੀਕ ਹੈ, ਵੀ ਸਰਵਿਸ ਦੇ ਵਿੱਚ ਹੀ ਆਉਂਦਾ। ਕੋਈ ਵੀ ਕਿਤੇ ਨੌਕਰੀ ਕਰਦਾ ਪਿਆ, ਆਫਿਸ ਵਿੱਚ ਕੰਮ ਕਰਦਾ ਪਿਆ, ਉਹ ਕੀ ਕਰ ਰਿਹਾ? ਉਹ ਸੇਵਾਵਾਂ ਦੇ ਰਿਹਾ, ਆਪਣਾ ਸਰਵਿਸ ਪ੍ਰੋਵਾਈਡ ਕਰ ਰਿਹਾ। ਤਾਂ ਅਰਥਸ਼ਾਸਤਰ ਵਿੱਚ ਵਸਤੂਆਂ ਤੋਂ ਇਲਾਵਾ ਸੇਵਾਵਾਂ ਵੀ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਦੀਆਂ ਹਨ। ਇਹਨਾਂ ਦੀ ਕੋਈ ਭੌਤਿਕਤਾ ਨਹੀਂ ਹੁੰਦੀ ਹੈ, ਅਤੇ ਕੋਈ ਕਿਸੇ ਨੂੰ ਇਹਨੂੰ ਟੱਚ ਥੋੜ੍ਹੀ ਕਰ ਸਕਦੇ ਹਾਂ ਤੁਸੀਂ। ਹੁਣ ਮੈਂ ਤੁਹਾਨੂੰ ਪੜ੍ਹਾਉਂਦੀ ਵੀ ਹਾਂ, ਤਾਂ ਤੁਸੀਂ ਟੀਚਿੰਗ ਨੂੰ ਟੱਚ ਥੋੜ੍ਹੀ ਕਰ ਸਕਦੇ ਹੋ ਤੁਸੀਂ, ਸਿਰਫ ਮੈਨੂੰ ਸਿਰਫ ਉਹਨੂੰ ਸੁਣ ਰਹੇ ਹੋ ਤੁਸੀਂ ਮੈਨੂੰ, ਠੀਕ ਹੈ ਨਾ। ਤਾਂ ਕਹਿੰਦਾ ਜਿਵੇਂ ਅਧਿਆਪਕ ਦੁਆਰਾ ਪੜ੍ਹਾਉਣਾ, ਡਾਕਟਰ ਦੁਆਰਾ ਇਲਾਜ ਕਰਨਾ, ਇਹ ਸਾਰੀ ਕੀ ਹੈ? ਤੁਹਾਡੀਆਂ ਸਰਵਿਸਿਜ਼ ਹੀ ਹੁੰਦੀਆਂ। ਇਹ ਵੀ ਇਕਨੋਮਿਕਸ ਦੇ ਅੰਦਰ ਹੀ ਆਉਂਦੇ, ਬੇਸਿਕ ਕੋਨਸੈਪਟਸ ਹੁੰਦੇ ਆ। ਉਪਯੋਗਤਾ ਤੁਸ਼ਟੀ ਗੁਣ, ਜਿਹਨੂੰ ਆਪਾਂ ਯੂਟੀਲਿਟੀ ਬੋਲਦੇ ਹਾਂ, ਕਹਿਣ ਦਾ ਭਾਵ ਹੈ ਕਿ ਜਦੋਂ ਕੋਈ ਮਨੁੱਖ ਕੋਈ ਚੀਜ਼ ਨੂੰ ਯੂਜ਼ ਕਰਦਾ ਹੈ, ਤਾਂ ਯੂਜ਼ ਕਰਨ 'ਤੇ ਉਹਨੂੰ ਕਿੰਨੀ ਕੁ ਸੰਤੁਸ਼ਟੀ ਮਿਲਦੀ ਹੈ, ਉਹ ਸੰਤੁਸ਼ਟੀ ਜਿਹੜੀ ਹੈ ਜਦੋਂ ਉਹਨੂੰ ਤੁਸੀਂ ਕੁਆਂਟਿਟੀ ਦੇ ਰੂਪ ਦੇ ਵਿੱਚ ਉਹਨੂੰ ਮਤਲਬ ਕਾਊਂਟ ਕਰਦੇ ਹੋ ਨਾ, ਤਾਂ ਉਹਨੂੰ ਯੂਟੀਲਿਟੀ ਬੋਲਦੇ ਆ। ਫੋਰ ਐਗਜ਼ਾਮਪਲ, ਤੁਸੀਂ ਤੁਹਾਨੂੰ ਭੁੱਖ ਲੱਗੀ ਹੈ, ਤੁਸੀਂ ਕਹੋਗੇ ਕਿ ਮੈਂ ਇੱਕ ਰੋਟੀ ਖਾਊਂਗਾ, ਦੋ ਰੋਟੀ ਖਾਊਂਗਾ, ਜਾਂ ਤਿੰਨ ਰੋਟੀ ਖਾਊਂਗਾ। ਮਤਲਬ ਇਹ ਕੀ ਹੈ ਕਿ ਇੱਕ ਤੁਸੀਂ ਯੂਟੀਲਿਟੀ ਕਾਊਂਟ ਕਰਦੇ ਪਏ ਹੋ ਕਿ ਤੁਹਾਨੂੰ ਕਿੰਨੀਆਂ ਰੋਟੀਆਂ ਖਾ ਕੇ ਸੰਤੁਸ਼ਟੀ ਮਿਲਦੀ ਪਈ ਹੈ, ਤੁਹਾਡੇ ਮਨ ਨੂੰ ਸੈਟਿਸਫੈਕਸ਼ਨ ਮਿਲਦੀ ਕਿ ਹੁਣ ਤੁਹਾਡਾ ਤੁਸੀਂ ਰੱਜ ਗਏ ਹੋ, ਤੁਹਾਨੂੰ ਹੁਣ ਭੁੱਖ ਨਹੀਂ ਹੋਰ ਹੈਗੀ ਹੈ। ਜੇ ਤੁਸੀਂ ਪਾਣੀ ਪੀਣ ਲੱਗੇ, ਕਿੰਨੇ ਗਲਾਸ ਪਾਣੀ ਪੀਓਗੇ? ਇਹ ਥੋੜ੍ਹੀ ਕਹੋਗੇ ਕਿ ਮੈਂ ਕੀ ਕਹਿੰਦੇ ਇੰਨਾ ਕੁ ਪਾਣੀ ਪੀਣਾ, ਉਨਾ ਕੁ ਪਾਣੀ ਪੀਣਾ, ਆਪਾਂ ਇਹ ਕਹਾਂਗੇ ਨਹੀਂ, ਗਲਾਸ, ਦੋ ਗਲਾਸ, ਅੱਧਾ ਗਲਾਸ, ਇਸ ਤਰ੍ਹਾਂ ਬੋਲਦੇ ਹਾਂ ਆਪਾਂ। ਤੋ ਜਿਹੜਾ ਤੁਸੀਂ ਦੱਸਦੇ ਹੋ ਨਾ ਕਿ ਪਾਣੀ ਨਾਲ ਜਿਹੜੀ ਤੁਹਾਡੀ ਪਿਆਸ ਨੂੰ ਬੁਝਾਉਣ ਦੀ ਜਿਹੜੀ ਉਹਦੀ ਕਪੈਸਿਟੀ ਹੈਗੀ ਹੈ, ਉਹ ਉਪਭੋਗਤਾ ਉਹਨੂੰ ਆਪਾਂ ਕੀ ਬੋਲਦੇ ਹੈਗੇ ਆ? ਯੂਟੀਲਿਟੀ ਬੋਲਦੇ ਆ। ਕੀਮਤ ਕਿਹਨੂੰ ਕਹਿੰਦੇ ਆ? ਹੁਣ ਤੁਸੀਂ ਕੋਈ ਵਸਤੂ ਯੂਜ਼ ਕਰਨੀ ਹੈ ਜਾਂ ਕਿਸੇ ਦੀ ਸੇਵਾ ਲੈਣੀ ਹੈ, ਤਾਂ ਫ੍ਰੀ 'ਚ ਤਾਂ ਨਹੀਂ ਹੋਏਗੀ ਨਾ, ਉਹਦੀ ਕੋਈ ਨਾ ਕੋਈ ਕੀਮਤ ਸਾਨੂੰ ਅਦਾ ਕਰਨੀ ਪਏਗੀ। ਜਿਸ ਨੂੰ ਮੁਦਰਾ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੋਵੇ, ਉਹ ਉਸਨੂੰ ਆਪਾਂ ਕੀਮਤ ਬੋਲਦੇ ਹਾਂ। ਵਸਤੂ ਉਹ ਪ੍ਰਾਈਜ਼ ਹੁੰਦਾ ਹੈ। ਅਤੇ ਫੋਰ ਐਗਜ਼ਾਮਪਲ, ਜੇ ਮੈਨੂੰ ਘੜੀ ਚਾਹੀਦੀ ਹੈ, ਤਾਂ ਮੈਨੂੰ ਘੜੀ ਦੇ ਬਦਲੇ ਮੈਨੂੰ ਪੈਸੇ ਦੇਣੇ ਪੈਣਗੇ। ਫੋਰ ਜਿਵੇਂ ਕਿ ਇੱਕ ਘੜੀ 500 ਰੁਪਏ ਦੀ ਹੈ, ਤਾਂ ਠੀਕ ਹੈ ਨਾ, ਤਾਂ ਘੜੀ ਦੀ ਕੀਮਤ ਹੁਣ ਕਿੰਨੀ ਹੋਈ? 500 ਹੋਈ, ਅਤੇ ਕੀ ਹੈ? ਪ੍ਰਾਈਜ਼ ਹੈ। ਧਨ, ਧਨ ਕਿਹਨੂੰ ਕਹਿੰਦੇ ਆ? ਵੈਲਥ ਨੂੰ ਬੋਲਦੇ ਆ, ਠੀਕ ਹੈ ਨਾ। ਅਜਿਹੀਆਂ ਸਾਰੀਆਂ ਵਸਤੂਆਂ ਜਾਂ ਸੇਵਾਵਾਂ ਜਿਨ੍ਹਾਂ ਦੀ ਉਪਯੋਗਤਾ ਯਾਨੀ ਕਿ ਜਿਨ੍ਹਾਂ ਦੀ ਯੂਟੀਲਿਟੀ ਨੂੰ ਮਾਨਣ ਲਈ, ਮਤਲਬ ਜਿਨ੍ਹਾਂ ਨੂੰ ਯੂਜ਼ ਕਰਨ ਦੇ ਲਈ ਸਾਨੂੰ ਕੀਮਤ ਦੇਣੀ ਪੈਂਦੀ ਹੈ, ਉਹਨਾਂ ਨੂੰ ਧਨ ਕਿਹਾ ਜਾਂਦਾ ਹੈ।
ਜਿਵੇਂ ਕਿ ਕਿਤਾਬ ਹੈ, ਪੈੱਨ ਹੈ, ਕਮੀਜ਼ ਹੈ ਜਾਂ ਅਧਿਆਪਕ ਵੱਲੋਂ ਵਿਦਿਆਰਥੀ ਨੂੰ ਪੜ੍ਹਾਉਣਾ ਆਦਿ ਧਨ ਹਨ, ਕਿਉਂਕਿ ਇਹਨਾਂ ਵਸਤੂਆਂ ਅਤੇ ਸੇਵਾਵਾਂ ਦਾ ਮੁੱਲ ਹੁੰਦਾ ਹੈ। ਨੈਕਸਟ ਆ ਗਿਆ ਮਨੀ, ਮੁਦਰਾ। ਕਹਿੰਦਾ ਇਹ ਕੀ ਹੈ, ਇਹ ਮਨੀ ਹੈ, ਠੀਕ ਹੈ ਨਾ, ਜਿਹਨੂੰ ਤੁਸੀਂ ਕਿਸੇ ਚੀਜ਼ ਨੂੰ ਯੂਜ਼ ਕਰਨ ਦੇ ਬਦਲੇ ਦਿੰਦੇ ਹੋ। ਤੁਸੀਂ ਸਾਰੇ ਮੁਦਰਾ ਨੂੰ ਜਾਣਦੇ ਹੋ, ਮਨੀ ਨੂੰ ਜਾਣਦੇ ਹੋ, ਇਸ ਨੂੰ ਹਰ ਰੋਜ਼ ਵਰਤਦੇ ਹੋ। ਜਿਵੇਂ ਤੁਸੀਂ 10 ਰੁਪਏ ਪੈੱਨ ਖਰੀਦਿਆ, 5 ਰੁਪਏ ਦੇ ਇੱਕ ਕੱਪ ਚਾਹ ਪੀਤਾ, ਇਹ ਸਾਰੇ ਕੀ ਹੈ, ਤੁਹਾਡੀਆਂ ਮੁਦਰਾਵਾਂ ਦੇ ਮੁਦਰਾ ਹੀ ਜਿਹਦੇ ਰਾਹੀਂ ਤੁਸੀਂ ਇਹ ਕੰਮ ਕਰਦੇ ਹੋ। ਤੁਹਾਡੇ ਪਿਤਾ ਨੇ ਸਕੂਲ ਦੀ ਫੀਸ ਲਈ 200 ਰੁਪਏ ਦਿੱਤੇ, ਅਤੇ ਇਹ ਸਾਰੇ ਕੀ ਹੈ, ਮੁਦਰਾ। ਇਸ ਤਰ੍ਹਾਂ ਰੁਪਏ, ਸਿੱਕੇ, ਚੈੱਕ ਜਾਂ ਮੁਦਰਾ ਦੇ ਵੱਖ ਵੱਖ ਰੂਪ ਹੁੰਦੇ ਹਨ। ਕਹਿੰਦਾ ਮੁਦਰਾ ਸਰਕਾਰ ਵੱਲੋਂ ਪ੍ਰਮਾਣਿਤ ਉਹ ਵਸਤੂ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਆਪਾਂ ਆਪਸ ਦੇ ਵਿੱਚ ਵਟਾਂਦਰੇ ਦੇ ਮਾਧਿਅਮ ਦੇ ਰੂਪ ਵਿੱਚ ਇਸ ਨੂੰ ਯੂਜ਼ ਕਰਦੇ ਹਾਂ। ਵੱਖ ਵੱਖ ਦੇਸ਼ਾਂ ਵਿੱਚ ਉਹਨਾਂ ਮੁਦਰਾ ਯਾਨੀ ਕਿ ਉਹਨਾਂ ਮਨੀ ਦੇ ਵੱਖ ਵੱਖ ਨਾਂ ਹੁੰਦੇ ਆ। ਉਦਾਹਰਣ ਵਜੋਂ ਭਾਰਤ ਵਿੱਚ ਇਹਨੂੰ ਰੁਪਏ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਵੇਂ ਅਮਰੀਕਾ ਉੱਥੇ ਅਮਰੀਕਨ ਡੋਲਰ ਕਿਹਾ ਜਾਂਦਾ ਹੈ, ਕੈਨੇਡਾ ਵਿੱਚ ਕੈਨੇਡੀਅਨ ਡੋਲਰ ਦਾ ਨਾਮ ਦਿੱਤਾ ਜਾਂਦਾ ਹੈ, ਇੰਗਲੈਂਡ ਵਿੱਚ ਪੌਂਡ ਦਾ ਨਾਮ ਦਿੱਤਾ ਜਾਂਦਾ ਹੈ। ਕਹਿੰਦਾ ਮੁਦਰਾ ਦੀਆਂ ਕਈ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਪਹਿਲਾ, ਮੁਦਰਾ ਜਿਹੜੀ ਹੈ ਵਟਾਂਦਰੇ ਦਾ ਮਾਧਿਅਮ ਹੁੰਦਾ। ਵਟਾਂਦਰਾ ਮਤਲਬ ਜਿਵੇਂ ਮੈਨੂੰ ਘੜੀ ਚਾਹੀਦੀ ਹੈ ਤਾਂ ਮੈਂ 500 ਰੁਪਏ ਦੇ ਬਦਲੇ 'ਚ ਦੇ ਤਾ, ਠੀਕ ਹੈ ਨਾ, ਵਟਾਂਦਰਾ ਹੋ ਗਿਆ। ਇਹ ਮੁੱਲ ਦੀ ਪ੍ਰਮਾਣਿਕ ਇਕਾਈ ਹੁੰਦੀ ਹੈ, ਮਤਲਬ ਇਹ ਇੱਕ ਤਰ੍ਹਾਂ ਦੀ ਜੋ ਵੀ ਤੁਸੀਂ ਪ੍ਰਾਈਜ਼ ਬੋਲਦੇ ਹੋ ਨਾ, ਉਹ ਇੱਕ ਪਰੂਫ ਹੈ, ਪ੍ਰਮਾਣਿਕ ਇਕਾਈ ਹੈ, ਯੂਨਿਟ ਹੈ। ਭਵਿੱਖ ਵਿੱਚ ਕੀਤੇ ਜਾਣ ਵਾਲੇ ਭੁਗਤਾਨ ਦਾ ਇਹ ਮਾਧਿਅਮ ਹੁੰਦਾ ਹੈ, ਵੀ ਤੁਸੀਂ ਫਿਊਚਰ ਦੇ ਵਿੱਚ ਜੋ ਵੀ ਪੇਮੈਂਟ ਕਰਨੀ ਹੈ ਉਹਦੇ ਲਈ ਤੁਸੀਂ ਕਿਹਦੇ ਨਾਲ ਤੁਸੀਂ ਪੇਮੈਂਟ ਕਰਨੀ ਹੈ, ਕਿੰਨੇ ਰੁਪਏ ਦੇਣੇ ਹੈ, ਇਹ ਮਤਲਬ ਮਨੀ ਦੇ ਰਾਹੀਂ ਕਰੋਗੇ ਨਾ। ਅਤੇ ਸਰਕਾਰ ਵੱਲੋਂ ਇਸ ਨੂੰ ਮਾਨਤਾ ਦਿੱਤੀ ਜਾਂਦੀ ਹੈ, ਗੌਰਮੈਂਟ ਇਹਨੂੰ ਮਾਨਤਾ ਦਿੱਤੀ ਹੋਈ ਹੈ। ਮੁਦਰਾ ਨੂੰ ਕਿਸੇ ਵੀ ਥਾਂ 'ਤੇ ਲੈ ਕੇ ਜਾਇਆ ਜਾ ਸਕਦਾ ਹੈਗਾ। ਨੈਕਸਟ ਕੰਸੈਪਟ ਆਉਂਦਾ ਮੰਗ। ਮੰਗ ਮਤਲਬ ਤੁਹਾਡੀ ਡਿਮਾਂਡ ਕੀ ਹੈ, ਤੁਹਾਡੀ ਜ਼ਰੂਰਤ ਕੀ ਹੈ। ਕਹਿੰਦਾ ਮੰਗ ਇੱਕ ਵਸਤੂ ਦੀ ਉਹ ਮਾਤਰਾ ਨੂੰ ਦਰਸਾਉਂਦੀ ਹੈ ਜਿਸ ਨੂੰ ਉਪਭੋਗੀ, ਉਪਭੋਗੀ ਕੌਣ ਹੁੰਦਾ, ਕੰਜ਼ਿਊਮਰ, ਜਿਹਨੇ ਉਸਨੂੰ ਯੂਜ਼ ਕਰਨਾ, ਇੱਕ ਨਿਸ਼ਚਿਤ ਸਮੇਂ 'ਤੇ ਹਰ ਸੰਭਵ ਕੀਮਤ 'ਤੇ ਉਹ ਉਸਨੂੰ ਖਰੀਦਣ ਦੇ ਯੋਗ ਹੁੰਦਾ ਹੈ ਅਤੇ ਇੱਛੁਕ ਹੁੰਦਾ ਹੈ, ਤਾਂ ਉਸਨੂੰ ਕੀ ਕਹਿੰਦੇ ਆਪਾਂ, ਡਿਮਾਂਡ। ਫੋਰ ਐਗਜ਼ਾਮਪਲ, ਮੈਨੂੰ ਪੈੱਨ ਚਾਹੀਦਾ, ਮੇਰੇ ਕੋਲ 5 ਰੁਪਏ ਹੈਗੇ ਤਾਂ ਮੈਂ ਪੈੱਨ ਜਾ ਕੇ ਖਰੀਦਣ ਚਲੀ ਗਈ, ਤਾਂ ਮੇਰਾ ਮਤਲਬ ਮੇਰੀ ਡਿਮਾਂਡ ਹੈ ਕਿ ਮੈਨੂੰ 5 ਰੁਪਏ ਦਾ ਪੈੱਨ ਚਾਹੀਦਾ, ਮੇਰੇ ਕੋਲ ਪੈਸੇ ਵੀ ਹੈਗੇ ਤਾਂ ਮੇਰੀ ਡਿਮਾਂਡ ਹੈ ਕਿ ਮੈਂ 5 ਰੁਪਏ ਦਾ ਪੈੱਨ ਖਰੀਦਣਾ। ਅਤੇ ਦੋਨੋਂ ਯਾਨੀ ਕਿ ਮੈਂ ਖਰੀਦ ਵੀ ਸਕਦੀ ਹਾਂ ਅਤੇ ਮੇਰੀ ਇੱਛਾ ਵੀ ਹੈਗੀ ਹੈ ਉਸਨੂੰ ਖਰੀਦਣ ਦੀ। ਇੱਥੇ ਇੱਕ ਐਗਜ਼ਾਮਪਲ ਦਿੱਤੀ ਹੈ, ਕਹਿੰਦਾ ਇੱਕ ਵਿਅਕਤੀ ₹1 ਪ੍ਰਤੀ ਚੋਕਲੇਟ ਕੀਮਤ 'ਤੇ 5 ਚੋਕਲੇਟ ਖਰੀਦਣ ਲਈ ਤਿਆਰ ਹੁੰਦਾ ਹੈ, ਅਤੇ ਉਸਦੀ ਡਿਮਾਂਡ ਜਿਹੜੀ ਆ 5 ਚੋਕਲੇਟ ਦੀ ਹੈ, ਔਰ ਵਿਅਕਤੀ ਨੂੰ ₹2 ਪ੍ਰਤੀ ਚੋਕਲੇਟ 'ਤੇ 3 ਚੋਕਲੇਟ ਖਰੀਦਦਾ ਹੈ, ਤਾਂ ਉਸਦੀ ਮੰਗ ਕਿੰਨੀ ਹੋ ਗਈ, 3 ਚੋਕਲੇਟ ਦੀ। ਵੀ ਤੁਹਾਡੀ ਮਤਲਬ ਕਿੰਨੀ ਡਿਮਾਂਡ ਹੈ ਨਾ, ਤੁਸੀਂ ਕਿੰਨੀ ਚੀਜ਼ ਖਰੀਦਣਾ ਚਾਹੁੰਦੇ ਹੋ, ਤੁਹਾਨੂੰ ਕੀ ਚਾਹੀਦਾ, ਕਿੰਨਾ ਚਾਹੀਦਾ ਹੈਗਾ। ਇਸ ਤਰ੍ਹਾਂ ਜਦੋਂ ਵਸਤੂਆਂ ਦੀ ਕੀਮਤ ਜ਼ਿਆਦਾ ਹੁੰਦੀ ਹੈ ਔਰ ਬਾਜ਼ਾਰ ਵਿੱਚ ਉਸ ਵਸਤੂ ਦੀ ਮੰਗ ਘੱਟ ਹੁੰਦੀ ਹੈ ਤਾਂ ਵਸਤੂਆਂ ਦੀ ਕੀਮਤ ਘੱਟ ਜਾਂਦੀ ਹੈ, ਉਹਨਾਂ ਦੀ ਮੰਗ ਵੱਧ ਜਾਂਦੀ ਹੈ। ਕੀ ਕਹਿੰਦਾ, ਕਹਿੰਦਾ ਜਦੋਂ ਬਾਜ਼ਾਰ ਦੇ ਵਿੱਚ ਕਿਸੇ ਵੀ ਗੁਡਸ ਦਾ ਪ੍ਰਾਈਜ਼ ਜਿਹੜਾ ਹੈ ਉਹ ਜ਼ਿਆਦਾ ਹੋਵੇ ਤਾਂ ਮਾਰਕੀਟ ਦੇ ਵਿੱਚ ਉਸ ਗੁਡਸ ਦੀ ਜਿਹੜੀ ਡਿਮਾਂਡ ਹੈ ਉਹ ਕੀ ਹੁੰਦੀ ਹੈ, ਘੱਟ ਜਾਂਦੀ ਹੈ। ਜਦੋਂ ਪ੍ਰਾਈਜ਼ ਵੱਧ ਗਿਆ ਤਾਂ ਡਿਮਾਂਡ ਘੱਟ ਗਈ, ਜਦੋਂ ਪ੍ਰਾਈਜ਼ ਘੱਟ ਗਿਆ ਤਾਂ ਡਿਮਾਂਡ ਵੱਧ ਜਾਂਦੀ ਹੈ। ਨੈਕਸਟ ਹੋ ਗਿਆ ਸਪਲਾਈ। ਸਪਲਾਈ ਕੀ ਹੁੰਦਾ ਹੈ, ਮੰਨ ਲਓ ਤੁਹਾਨੂੰ 10 ਕੇਜੀ ਆਟਾ ਚਾਹੀਦਾ ਹੈ, 10 ਕੇਜੀ ਆਟਾ ਚਾਹੀਦਾ ਹੈ, ਪਰ 10 ਕੇਜੀ ਤੁਹਾਨੂੰ ਆਟਾ ਚਾਹੀਦਾ ਹੈ ਪਰ ਦੁਕਾਨਦਾਰ ਕੋਲੋਂ ਸਿਰਫ 5 ਕੇਜੀ ਪਿਆ ਆ, ਅਤੇ ਇਹ 5 ਕੇਜੀ ਕੀ ਹੈ, ਸਪਲਾਈ, ਇਹਨੂੰ ਕਹਿੰਦੇ ਆ ਸਪਲਾਈ, ਪਰ ਇਹ ਕੀ ਹੈ, ਤੁਹਾਡੀ ਡਿਮਾਂਡ। ਤੁਹਾਨੂੰ ਚਾਹੀਦੇ 10 ਕੇਜੀ ਪਰ ਤੁਹਾਨੂੰ ਮਿਲ ਕਿੰਨੇ ਰਹੀ ਹੈ, 5 ਕੇਜੀ। ਤਾਂ ਕਹਿੰਦਾ ਕਿ ਪੂਰਤੀ ਨੂੰ ਬੋਲਦੇ ਆ ਸਪਲਾਈ, ਇਸਦਾ ਭਾਵ ਇਹ ਹੈ ਕਿ ਉਹ ਵਸਤੂ ਦੀ ਮਾਤਰਾ ਜਿਹੜੀ ਇੱਕ ਵਿਕਰੇਤਾ ਕੌਣ ਹੁੰਦਾ, ਵੇਚਣ ਵਾਲਾ, ਜਿਹੜਾ ਕਿ ਇੱਕ ਨਿਸ਼ਚਿਤ ਸਮੇਂ 'ਤੇ ਨਿਸ਼ਚਿਤ ਕੀਮਤਾਂ 'ਤੇ ਵੇਚਣ ਲਈ ਤਿਆਰ ਬੈਠਾ ਹੈ। ਕਹਿੰਦਾ 5 ਕੇਜੀ ਮੇਰੇ ਕੋਲ ਪਿਆ ਹੈ ਅਤੇ ਮੈਂ ਇਹਨੂੰ 50 ਰੁਪਏ ਦੇ ਮਤਲਬ 50 ਦੇ ਹਿਸਾਬ ਦੇ ਨਾਲ ਤੁਹਾਨੂੰ ਦੇਣਾ ਹੈ। ਤਾਂ ਉਦਾਹਰਣ ਵਜੋਂ ਇੱਕ ਵਿਕਰੇਤਾ ਕੋਲ 50 ਚੋਕਲੇਟ ਹੈ, ਜਦੋਂ ਕੀਮਤ 5 ਪ੍ਰਤੀ ਚੋਕਲੇਟ ਹੁੰਦੀ ਹੈ ਤਾਂ ਵਿਕਰੇਤਾ ਕੋਈ ਵੀ ਚੋਕਲੇਟ ਨਹੀਂ ਵੇਚਦਾ। ਜਿਵੇਂ ਉਹਦੀ ਕੀਮਤ 10 ਰੁਪਏ ਹੁੰਦੀ ਹੈ ਤਾਂ ਉਸਨੂੰ ਵੇਚਣ ਲਈ ਤਿਆਰ ਪੈ ਜਾਂਦਾ, ਤਾਂ ਵਿਕਰੇਤਾ 10 ਚੋਕਲੇਟ ਵੇਚਣ ਲਈ ਤਿਆਰ ਹੁੰਦਾ, ਇਸ ਲਈ 10 ਜਿਹੜੀ ਸਪਲਾਈ ਹੈ ਉਹ 10 ਚੋਕਲੇਟ ਦੀ ਹੋ ਰਹੀ ਹੈ। ਕੀਮਤ ਵੱਧ ਕੇ ਉਹ 20 ਰੁਪਏ ਕਰ ਦਿੰਦਾ ਹੈ ਤਾਂ ਵਿਕਰੇਤਾ 30 ਚੋਕਲੇਟ ਵੇਚਦਾ, ਤਾਂ ਇਸ ਲਈ ਉਸਦੀ ਪੂਰਤੀ 30 ਚੋਕਲੇਟ ਦੀ ਹੋ ਜਾਂਦੀ ਹੈ। ਜਦੋਂ ਵਸਤੂਆਂ ਦੀ ਕੀਮਤ ਜ਼ਿਆਦਾ ਹੁੰਦੀ ਹੈ ਤਾਂ ਉਤਪਾਦਕ
ਜਾਂ ਵਿਕਰੇਤਾ ਜ਼ਿਆਦਾ ਤੋਂ ਜ਼ਿਆਦਾ ਵਸਤੂਆਂ ਨੂੰ ਬਾਜ਼ਾਰ ਵਿੱਚ ਵੇਚਣ ਲਈ ਲਿਆਉਂਦਾ ਹੈ। ਵਸਤੂਆਂ ਦੀ ਘੱਟ ਕੀਮਤ 'ਤੇ ਵਿਕਰੇਤਾ ਵਸਤੂਆਂ ਦੀ ਪੂਰਤੀ ਵੀ ਘੱਟ ਕਰ ਦਿੰਦਾ ਹੈ। ਕਹਿਣ ਦਾ ਮਤਲਬ ਹੈ ਕਿ ਕੋਈ ਚੀਜ਼ ਹੈ ਜਿਹਦੀ ਮਾਰਕੀਟ ਦੇ ਵਿੱਚ ਕੀਮਤ ਜ਼ਿਆਦਾ ਹੈ, ਗੁੱਡਸ ਹੈ, ਪ੍ਰਾਈਜ਼ ਉਹਦਾ ਜ਼ਿਆਦਾ ਹੈ, ਤਾਂ ਸ਼ੋਪਕੀਪਰ ਕੀ ਕਰਦਾ ਹੈ, ਉਹਦੀ ਸਪਲਾਈ ਵੀ ਜ਼ਿਆਦਾ ਕਰ ਦਿੰਦਾ ਹੈ। ਲੇਕਿਨ ਕੋਈ ਗੁੱਡਸ ਹੈ ਜਿਹਦੀ ਪ੍ਰਾਈਜ਼ ਹਲੇ ਘੱਟ ਹੀ ਹੈ ਰੱਖਿਆ ਹੋਇਆ, ਤਾਂ ਸਪਲਾਈ ਵੀ ਉਹਦੀ ਘੱਟ ਹੀ ਰੱਖਦਾ ਹੈ, ਤਾਂ ਕਿ ਉਹਨੂੰ ਬੈਨੀਫਿਟ ਮਤਲਬ ਨੁਕਸਾਨ ਨਾ ਹੋਵੇ। ਜਿਵੇਂ ਉਹਦਾ ਪ੍ਰਾਈਜ਼ ਵੱਧਦਾ ਹੈ, ਉਹ ਚੀਜ਼ ਸਪਲਾਈ ਵੀ ਵਧਾ ਦਿੰਦਾ ਹੈ, ਇਹਦੇ ਨਾਲ ਕੀ ਹੁੰਦਾ, ਉਹਨੂੰ ਬੈਨੀਫਿਟ ਜ਼ਿਆਦਾ ਹੁੰਦਾ। ਪਰ ਇਹ ਤਾਂ ਇੱਕ ਉਦੋਂ ਹੁੰਦਾ ਹੈ, ਇੱਕ ਉਦੋਂ ਹੁੰਦਾ ਹੈ ਜਦੋਂ ਮਾਰਕੀਟ ਦੇ ਵਿੱਚ ਕਿਸੇ ਚੀਜ਼ ਦੀ ਡਿਮਾਂਡ ਜਿਹੜੀ, ਇਹ ਕਈ ਵਾਰ ਓਪੋਜ਼ਿਟ ਰਿਲੇਸ਼ਨ ਵੀ ਬਣ ਜਾਂਦਾ ਹੈ ਕਿ ਚੀਜ਼ ਦੀ ਡਿਮਾਂਡ ਜ਼ਿਆਦਾ ਹੈ ਤਾਂ ਉਸਦਾ ਪ੍ਰਾਈਜ਼ ਘੱਟ ਜਾਂਦਾ ਹੈ, ਅਤੇ ਸਪਲਾਈ ਵੀ ਉਹਦੀ ਕਈ ਵਾਰੀ ਵੱਧ ਵੀ ਜਾਂਦੀ ਹੈ ਅਤੇ ਕਈ ਵਾਰੀ ਘੱਟ ਵੀ ਜਾਂਦੀ ਹੈ। ਇਹ ਡਿਪੈਂਡ ਕਰਦਾ ਹੈ ਵੀ ਕੀ ਸਿਚੁਏਸ਼ਨ ਹੈਗੀ ਹੈ। ਇਹ ਚੀਜ਼ਾਂ ਤੁਸੀਂ ਹੌਲੀ ਹੌਲੀ ਸਿੱਖੋਗੇ ਇਕਨੋਮਿਕਸ ਦੇ ਵਿੱਚ। ਨੈਕਸਟ ਆਉਂਦਾ ਹੈ ਮਾਰਕੀਟ। ਆਮ ਬੋਲਚਾਲ ਦੀ ਭਾਸ਼ਾ ਵਿੱਚ ਬਾਜ਼ਾਰ ਤੋਂ ਭਾਵ ਇਹ ਹੈ ਕਿ ਉਹ ਜਗ੍ਹਾ, ਉਹ ਥਾਂ ਜਿੱਥੇ ਲੋ ਜਿਹੜੇ ਸੈਲਰ ਅਤੇ ਬਾਇਰ ਹੈ, ਖਰੀਦਦਾਰ ਅਤੇ ਵਿਕਰੇਤਾ, ਵਿਕਰੇਤਾ ਹੋ ਗਿਆ ਸੈਲਰ ਵੇਚਣ ਵਾਲਾ, ਖਰੀਦਦਾਰ ਕਿਹਨੂੰ ਕਹਿੰਦੇ ਆ, ਬਾਇਰ ਨੂੰ ਬੋਲਦੇ ਆ ਜਾਂ ਪਰਚੇਜ਼ਰ ਨੂੰ ਬੋਲਦੇ ਆ, ਜਿਹੜਾ ਕਿ ਪਰਚੇਜ਼ ਕਰਨ ਵਾਲਾ ਹੁੰਦਾ ਜਾਂ ਕੰਜ਼ਿਊਮਰ ਨੂੰ ਬੋਲਦੇ ਆ, ਕਹਿੰਦਾ ਕਿ ਉਹ ਆਪਸ 'ਚ ਮਿਲਦੇ ਆ ਅਤੇ ਇਹ ਚੀਜ਼ਾਂ ਨੂੰ ਖਰੀਦਦੇ ਅਤੇ ਵੇਚਦੇ ਆ। ਲੇਕਿਨ ਅਰਥਸ਼ਾਸਤਰ ਦੇ ਵਿੱਚ ਬਾਜ਼ਾਰ ਦਾ ਮੀਨਿੰਗ ਇਹ ਹੈ ਕਿ ਇੱਕ ਇਹੋ ਜਿਹਾ ਪ੍ਰਬੰਧ ਜਿੱਥੇ ਇੱਕ ਵਸਤੂ ਦੇ ਖਰੀਦਦਾਰ, ਵਿਕਰੇਤਾ, ਖਰੀਦਦਾਰ ਅਤੇ ਵਿਕਰੇਤਾ ਆਪਸ ਵਿੱਚ ਇੱਕ ਸੰਪਰਕ ਕਰਕੇ ਵਸਤੂਆਂ ਨੂੰ ਵੇਚਦੇ ਖਰੀਦਦੇ ਹਨ। ਇਹ ਜ਼ਰੂਰੀ ਨਹੀਂ ਹੈ ਕਿ ਉਹ ਇੱਕ ਦੂਜੇ ਦੇ ਸਾਹਮਣੇ ਹੋ ਕੇ ਖਰੀਦ ਵੇਚ ਕਰਨ, ਸਗੋਂ ਉਹ ਕਿਸੇ ਵੀ ਤਰੀਕੇ ਨਾਲ ਇੱਕ ਦੂਸਰੇ ਦੇ ਸੰਪਰਕ ਵਿੱਚ ਆ ਕੇ ਖਰੀਦ ਵੇਚ ਕਰ ਸਕਦੇ ਹਨ, ਜਿਵੇਂ ਟੈਲੀਫੋਨ ਹੈ, ਈਮੇਲ ਹੈ, ਔਨਲਾਈਨ ਹੈ ਆਦਿ ਰਾਹੀਂ ਕਿਸੇ ਵੀ ਤਰ੍ਹਾਂ ਜੋ ਸੰਪਰਕ ਕਰ ਸਕਦੇ ਹਨ। ਅਜੋਕੇ ਸਮੇਂ ਵਿੱਚ ਔਨਲਾਈਨ ਖਰੀਦਦਾਰੀ ਦਾ ਰੁਝਾਨ ਬਹੁਤ ਜ਼ਿਆਦਾ ਹੋ ਗਿਆ ਹੋਇਆ ਹੈ। ਨੈਕਸਟ ਹੈ ਲਾਗਤ। ਹੁਣ ਇਹ ਵੀ ਇੱਕ ਮੇਨ ਕੋਨਸੈਪਟ ਹੈ ਆਪਣਾ ਇਕਨੋਮਿਕਸ ਦਾ, ਜਿਹ 'ਚ ਕੀ ਕਹਿੰਦਾ, ਵਸਤੂ ਦੇ ਉਤਪਾਦਨ, ਜਦੋਂ ਵਸਤੂ ਦੀ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਉਦੋਂ ਤੋਂ ਲੈ ਕੇ ਜਦੋਂ ਉਹਨੂੰ ਵੇਚਣ ਲਈ ਮਾਰਕੀਟ ਵਿੱਚ ਲੈ ਕੇ ਆਇਆ ਜਾਂਦਾ ਹੈ, ਔਰ ਤਾਂ ਉਹ ਮਨੀ ਦੇ ਰੂਪ ਦੇ ਵਿੱਚ ਹੀ ਜੋ ਰਾਸ਼ੀ ਖਰਚ ਕੀਤੀ ਜਾਂਦੀ ਹੈ ਉਸ ਨੂੰ ਲਾਗਤ ਕਿਹਾ ਜਾਂਦਾ ਹੈ। ਕਹਿਣ ਦਾ ਭਾਵ ਹੈ ਉਹਦੇ ਰੋਅ ਮਟੀਰੀਅਲ ਤੋਂ ਲੈ ਕੇ, ਜਦੋਂ ਅਸੀਂ ਉਹਨੂੰ ਐਜ਼ ਏ ਰੋਅ ਮਟੀਰੀਅਲ ਕੱਚਾ ਮਾਲ ਦੀ ਤਰ੍ਹਾਂ ਲੈ ਕੇ ਆਉਂਦੇ ਹਾਂ, ਫਿਰ ਉਹਦੇ ਤੋਂ ਆਪਣਾ ਤਿਆਰ ਮਾਲ ਯਾਨੀ ਕਿ ਫਿਨਿਸ਼ ਗੁੱਡਸ ਜਦੋਂ ਤਿਆਰ ਹੋ ਜਾਂਦੀ ਹੈ ਉਦੋਂ ਤੱਕ ਜਿਹੜਾ ਖਰਚਾ ਕੀਤਾ ਜਾਂਦਾ ਹੈ ਉਸ ਨੂੰ ਉਸਦੀ ਕੋਸਟ ਕਿਹਾ ਜਾਂਦਾ ਹੈ। ਕਿ ਕੱਚੇ ਮਾਲ ਨੂੰ ਆਪਾਂ ਤਿਆਰ ਕਰਨਾ ਹੈ ਤਾਂ ਉਹਦੇ ਲਈ ਜਿਹੜੀ ਕੋਸਟ, ਮਤਲਬ ਜੋ ਉਹਨੂੰ ਬਣਾਉਣ ਦਾ ਖਰਚਾ ਪਿਆ, ਉਹ ਸਾਰੀ ਉਹਦੀ ਕੋਸਟ ਹੁੰਦੀ ਹੈ, ਲਾਗਤ ਹੁੰਦੀ ਹੈ। ਜਿਵੇਂ ਉਹਨੇ ਇੱਥੇ ਐਗਜ਼ਾਮਪਲ ਦਿੱਤੀ ਹੈ, ਕੱਚਾ ਮਾਲ ਖਰੀਦਣਾ, ਮਜ਼ਦੂਰੀ ਦੇਣੀ, ਬਿਜਲੀ ਦਾ ਖਰਚਾ ਆਦਿ ਲਾਗਤ ਦੇ ਰੂਪ ਵਿੱਚ ਖਰਚ ਕਰਨ ਪੈਂਦੇ ਨੇ। ਨੈਕਸਟ ਹੈ ਇਨਕਮ। ਜਦੋਂ ਤੁਸੀਂ ਚੀਜ਼ਾਂ ਨੂੰ ਵੇਚਦੇ ਹੋ, ਕੋਈ ਵੀ ਸਰਵਿਸਿਸ ਦਿੰਦੇ ਹੋ, ਉਹਦੇ ਬਦਲੇ ਸਾਨੂੰ ਇੱਕ ਵਿਅਕਤੀ ਜੋ ਵੀ ਅਮਾਊਂਟ ਲੈਂਦਾ ਹੈ, ਜੋ ਵੀ ਪੈਸਾ ਲੈਂਦਾ ਹੈ ਉਸਨੂੰ ਆਮਦਨ ਕਹਿੰਦੇ ਆ। ਉਦਾਹਰਨ ਵਜੋਂ ਇੱਕ ਫਰਮ ਹਰ ਰੋਜ਼ 100 ਕਮੀਜ਼ਾਂ ਤਿਆਰ ਕਰਦੀ ਹੈ, 100 ਰੁਪਏ ਕੀਮਤ ਨਾਲ ਪ੍ਰਤੀ ਕਮੀਜ਼ ਵੇਚਣ ਉਪਰੰਤ ਉਸਨੂੰ 10,000 ਰੁਪਏ ਪ੍ਰਾਪਤ ਹੁੰਦਾ ਹੈ। ਇਕਨੋਮਿਕਸ ਦੇ ਵਿੱਚ, ਅਰਥਸ਼ਾਸਤਰ ਦੇ ਵਿੱਚ 10,000 ਰੁਪਏ ਦੀ ਰਕਮ ਫਰਮ ਦੀ ਆਮਦਨ ਹੁੰਦੀ ਹੈ। ਜੇਕਰ ਇੱਕ ਮਜ਼ਦੂਰ ਸਾਰਾ ਦਿਨ ਮਜ਼ਦੂਰੀ ਕਰਕੇ ਮਾਲਕ ਤੋਂ 400 ਰੁਪਇਆ ਪ੍ਰਾਪਤ ਕਰਦਾ ਹੈ ਤਾਂ ਉਹ ਵੀ ਮਜ਼ਦੂਰ ਦੀ ਆਮਦਨ ਹੀ ਕਹਿਲਾਉਂਦੀ ਹੈ। ਨੈਕਸਟ ਉਸ ਤੋਂ ਬਾਅਦ ਕਹਿੰਦਾ ਆਰਥਿਕ ਕਿਰਿਆਵਾਂ। ਜਿਹੜੀ ਇਕਨੋਮਿਕ ਐਕਟੀਵਿਟੀਜ਼ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਹੈ ਇਕਨੋਮਿਕ ਐਕਟੀਵਿਟੀ, ਹੁੰਦੀ ਹੈ ਇੱਕ ਨੋਨ ਇਕਨੋਮਿਕ ਐਕਟੀਵਿਟੀਜ਼। ਅਤੇ ਇਕਨੋਮਿਕ ਐਕਟੀਵਿਟੀਜ਼ ਆਪਾਂ ਇੱਥੇ ਡਿਸਕਸ ਕਰਨ ਜਾ ਰਹੇ ਹਾਂ। ਕਹਿੰਦਾ ਇਕਨੋਮਿਕ ਐਕਟੀਵਿਟੀਜ਼ ਦੇ ਵਿੱਚ ਕੀ ਹੁੰਦਾ, ਹਰ ਮਨੁੱਖ ਸੀਮਿਤ ਸਾਧਨਾਂ ਨਾਲ ਆਪਣੀਆਂ ਅਸੀਮਿਤ ਲੋੜਾਂ ਨੂੰ ਪੂਰੀਆਂ ਕਰਨ ਲਈ ਕੁਝ ਕਿਰਿਆਵਾਂ ਕਰਦਾ ਹੈ। ਇਹਨਾਂ ਕਿਰਿਆਵਾਂ ਨੂੰ ਆਰਥਿਕ ਕਿਰਿਆਵਾਂ ਕਿਹਾ ਜਾਂਦਾ ਹੈ। ਇਹ ਕਿਰਿਆਵਾਂ ਜਦੋਂ ਤੁਸੀਂ ਪੈਸਾ ਕਮਾਉਣ ਵਾਸਤੇ ਕਰਦੇ ਹੋ ਤਾਂ ਉਹਨੂੰ ਆਪਾਂ ਇਕਨੋਮਿਕ ਐਕਟੀਵਿਟੀਜ਼ ਕਹਿੰਦੇ ਹਾਂ। ਫੋਰ ਐਗਜ਼ਾਮਪਲ, ਇੱਕ ਅਧਿਆਪਕ ਹੈ ਜਿਹੜਾ ਕਿ ਸਕੂਲ ਵਿੱਚ ਜਾ ਕੇ ਪੜ੍ਹਾਉਂਦਾ ਹੈ, ਜਾਂ ਡਾਕਟਰ ਕਿਸੇ ਮਰੀਜ਼ ਦਾ ਇਲਾਜ ਕਰਦਾ, ਤਾਂ ਉਹਦੇ ਬਦਲੇ 'ਚ ਉਹਨੂੰ ਪੈਸਾ ਮਿਲਦਾ ਹੈਗਾ, ਤਾਂ ਉਹ ਆਪਣੀ ਸੇਵਾ ਦਿੰਦਾ, ਤਾਂ ਸੇਵਾ ਦੇ ਬਦਲੇ 'ਚ ਉਹਨੂੰ ਪੈਸਾ ਮਿਲਦਾ ਹੈ, ਉਹ ਕੀ ਹੈ, ਇੱਕ ਇਕਨੋਮਿਕ ਐਕਟੀਵਿਟੀ ਹੈ, ਕਿਉਂਕਿ ਉਹਦਾ ਜਿਹੜਾ ਆਦਾਨ ਪ੍ਰਦਾਨ ਕੀਤਾ ਜਾਂਦਾ ਪੈਸੇ ਦੇ ਰਾਹੀਂ ਕੀਤਾ ਜਾਂਦਾ ਹੈ। ਪ੍ਰੋਫੈਸਰ ਜਿਹੜਾ ਬੋਲਡਿੰਗ ਹੈ ਉਹਦੇ ਅਕੋਰਡਿੰਗ ਆਰਥਿਕ ਕਿਰਿਆਵਾਂ ਨੂੰ 4 ਹਿੱਸਿਆਂ 'ਚ ਵੰਡਿਆ ਗਿਆ ਹੈ। ਪਹਿਲਾ ਕੰਜ਼ਮਸ਼ਨ, ਫਿਰ ਪ੍ਰੋਡਕਸ਼ਨ, ਐਕਸਚੇਂਜ, ਡਿਸਟ੍ਰੀਬਿਊਸ਼ਨ। ਕੰਜ਼ਮਸ਼ਨ ਮਤਲਬ ਜਿਹੜੇ ਚੀਜ਼ ਨੂੰ ਯੂਜ਼ ਕਰਦਾ, ਪ੍ਰੋਡਕਸ਼ਨ ਜਿਹੜੇ ਪ੍ਰੋਡਿਊਸ ਕਰਦਾ, ਐਕਸਚੇਂਜ ਜਿਹੜਾ ਉਹਨੂੰ ਆਪਸ 'ਚ ਅਦਲਾ ਬਦਲੀ ਕਰਦਾ, ਡਿਸਟ੍ਰੀਬਿਊਟ ਜਿਹੜੀ ਫਿਰ ਅੱਗੇ ਉਹਨੂੰ ਵੰਡਦਾ ਹੈ। ਨੈਕਸਟ ਆਉਂਦਾ ਨੋਨ ਇਕਨੋਮਿਕ ਐਕਟੀਵਿਟੀ। ਨੋਨ ਇਕਨੋਮਿਕ ਐਕਟੀਵਿਟੀ ਉਹ ਐਕਟੀਵਿਟੀਜ਼ ਹੁੰਦੀਆਂ ਜਿਹਦੇ ਬਦਲੇ ਤੁਸੀਂ ਪੈਸਾ ਨਹੀਂ ਲੈਂਦੇ ਹੋ, ਉਹਨੂੰ ਨੋਨ ਇਕਨੋਮਿਕ ਐਕਟੀਵਿਟੀਜ਼ ਕਹਿੰਦੇ ਆ, ਉਹਨੂੰ ਅਨ ਆਰਥਿਕ ਕਿਰਿਆਵਾਂ ਕਹਿੰਦੇ ਹਨ।
ਜਿਵੇਂ ਤੁਸੀਂ ਦੇਸ਼ ਭਗਤੀ, ਪਰਿਵਾਰ ਕਲਿਆਣ, ਸਮਾਜ ਸੇਵਾ ਕਰਨੀ, ਸਿਹਤ, ਮਨੋਰੰਜਨ ਆਦਿ ਨਾਲ ਸੰਬੰਧਿਤ ਕਈ ਲੋਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਕੀਤੀਆਂ ਜਾਂਦੀਆਂ। ਜਿਹੜੀਆਂ ਆਪਾਂ ਸੰਸਥਾਵਾਂ ਵਗੈਰਾ ਖੋਲ੍ਹੀਆਂ ਹੁੰਦੀਆਂ, ਜਿਹੜੇ ਲੋਕਾਂ ਦੀ ਹੈਲਪ ਵਗੈਰਾ ਕਰਦੀ ਹੈ, ਉਹ ਨੋਨ ਇਕਨੋਮਿਕ ਐਕਟੀਵਿਟੀਜ਼ ਹੁੰਦੀਆਂ। ਨਾਓ ਨੈਕਸਟ ਆਪਣੇ ਕੋਲ ਪੁਆਇੰਟ ਆਉਂਦਾ ਹੈ ਉਤਪਾਦਨ। ਉਤਪਾਦਨ ਉਹ ਆਰਥਿਕ ਕਿਰਿਆ ਹੁੰਦੀ ਹੈ ਜਿਸ ਦੇ ਰਾਹੀਂ ਵਸਤੂਆਂ ਅਤੇ ਸੇਵਾਵਾਂ ਦੀ ਉਪਯੋਗਿਤਾ ਜਾਂ ਮੁੱਲ ਵਿੱਚ ਵਾਧਾ ਕੀਤਾ ਜਾਂਦਾ ਹੈ। ਉਤਪਾਦਨ ਦਾ ਮੇਨ ਉਦੇਸ਼ ਕੀ ਹੁੰਦਾ ਹੈ? ਇਹੋ ਜਿਹੀਆਂ ਵਸਤੂਆਂ ਅਤੇ ਸੇਵਾਵਾਂ ਨੂੰ ਪ੍ਰੋਡਿਊਸ ਕਰਨਾ, ਪੈਦਾ ਕਰਨਾ ਜਿਨ੍ਹਾਂ ਦੀ ਸਾਨੂੰ ਲੋੜ ਹੋਵੇ। ਫੋਰ ਐਗਜ਼ਾਮਪਲ, ਇੱਕ ਤਰਖਾਣ ਲੱਕੜੀ ਤੋਂ ਮੇਜ਼, ਕੁਰਸੀ ਅਤੇ ਸੋਫਾ ਤਿਆਰ ਕਰਦਾ ਹੈ। ਘੁਮਿਆਰ ਮਿੱਟੀ ਤੋਂ ਭਾਂਡੇ ਤਿਆਰ ਕਰਦਾ, ਲੋਹਾਰ ਲੋਹੇ ਦੀ ਚੀਜ਼ਾਂ ਬਣਾਉਂਦਾ, ਹਲਵਾਈ ਦੁੱਧ ਮੈਦੇ ਬੇਸਣ ਤੋਂ ਕਈ ਮਿਠਾਈਆਂ ਬਣਾਉਂਦਾ ਹੈ। ਇਹ ਸਾਰੀਆਂ ਕਿਰਿਆਵਾਂ ਵਿੱਚ ਲੱਕੜ, ਮਿੱਟੀ, ਲੋਹਾ, ਦੁੱਧ, ਮੈਦਾ, ਬੇਸਣ ਆਦਿ ਸਾਰੀਆਂ ਕੀ ਹੈ? ਵਸਤੂਆਂ ਦੀ ਉਪਯੋਗਿਤਾ ਹੈਗੀ ਹੈ ਅਤੇ ਕੀਮਤਾਂ ਵਿੱਚ ਵਾਧਾ ਹੋਇਆ ਵੀ ਹੈ। ਇਹਨਾਂ ਸਾਰੀਆਂ ਕਿਰਿਆਵਾਂ ਨੂੰ ਉਤਪਾਦਨ ਕਿਹਾ ਜਾਂਦਾ ਹੈ। ਉਤਪਾਦਨ ਦੇ ਕੁਝ ਸਾਧਨ ਵੀ ਹਨ। ਉਤਪਾਦਨ ਦੇ ਕਿਹੜੇ ਕਿਹੜੇ ਸਾਧਨ ਹੈ? ਵਸਤੂਆਂ ਦੇ ਉਤਪਾਦਨ ਦੇ ਲਈ ਚਾਰ ਉਤਪਾਦਨ ਦੇ ਸਾਧਨਾਂ ਦੀ ਲੋੜ ਹੁੰਦੀ ਹੈ। ਲੈਂਡ, ਭੂਮੀ ਜਿਹਨੂੰ ਕਹਿੰਦੇ ਹੈ, ਕਿਰਤ, ਕਿਰਤ ਕੀ ਹੋ ਗਿਆ? ਐਫਰਟਸ ਹੋ ਗਏ ਤੁਹਾਡੇ, ਪੂੰਜੀ ਕੀ ਹੋ ਗਈ? ਤੁਹਾਡੀ ਕੈਪੀਟਲ, ਪੈਸਾ ਹੋ ਗਿਆ, ਉਦਮੀ, ਠੀਕ ਹੈ। ਭੂਮੀ ਇੱਕ ਕੁਦਰਤੀ ਸਾਧਨ ਹੁੰਦਾ ਹੈ, ਕਿਰਤ ਇੱਕ ਮਨੁੱਖੀ ਸਾਧਨ ਹੁੰਦਾ ਜਿਹੜਾ ਕੰਮ ਕਰਦਾ ਹੈਗਾ, ਪੂੰਜੀ ਇਹੋ ਜਿਹਾ ਸਾਧਨ ਹੁੰਦਾ ਜੋ ਪੈਸਾ ਵਗੈਰਾ ਜਿਹ 'ਚ ਕਾਊਂਟ ਹੁੰਦਾ ਹੈ, ਜੋ ਭੂਮੀ ਅਤੇ ਕਿਰਤ ਦੇ ਮਿਸ਼ਰਣ ਦਾ ਨਤੀਜਾ ਕਹਿਲਾਉਂਦਾ ਹੈ। ਉਦਮੀ ਉਹ ਮਨੁੱਖੀ ਸਾਧਨ ਹੁੰਦਾ ਹੈ ਜੋ ਬਾਕੀ ਸਾਧਨਾਂ ਨੂੰ ਇਕੱਠਾ ਕਰਕੇ ਉਤਪਾਦਨ ਕਰਨ ਦਾ ਜੋਖਿਮ ਉਠਾਉਂਦਾ ਹੈ। ਕਹਿਣ ਦਾ ਭਾਵ ਹੈ ਕਿ ਤੁਹਾਡੇ ਕੋਲ ਇੱਕ ਲੈਂਡ ਹੈਗੀ ਹੈ, ਆਹ ਲੈਂਡ ਹੈ, ਇਹ ਲੈਂਡ ਦੇ ਉੱਤੇ ਆਹ ਸਾਰੇ ਬੰਦੇ ਕੰਮ ਕਰਦੇ ਪਏ ਹੈ, ਕੰਮ ਕਰਕੇ ਫਿਰ ਖੇਤੀਬਾੜੀ ਕੀਤੀ ਜਾਂਦੀ ਹੈ, ਖੇਤੀਬਾੜੀ ਕਰਨ ਤੋਂ ਬਾਅਦ ਜਦੋਂ ਅਨਾਜ ਬਣ ਪੈਦਾ ਹੋ ਜਾਂਦਾ, ਉਸਨੂੰ ਕੱਟ ਵੱਟ ਕੇ ਇੱਥੇ ਲਿਆਇਆ ਜਾਂਦਾ ਹੈ। ਅਤੇ ਇਹ ਕੀ ਕਰ ਰਹੇ ਹੈ? ਇਹ ਚਾਰੋਂ ਜਾਣੇ ਮਿਲ ਕੇ ਉਤਪਾਦਨ ਕਰ ਰਹੇ ਹੈ ਸਾਧਨ, ਇਹ ਚਾਰੋਂ ਹੀ ਸਾਧਨ ਕੀ ਹੈ? ਉਤਪਾਦਨ ਦੇ ਹੈਗੇ ਹੈ, ਭੂਮੀ, ਕਿਰਤ, ਪੂੰਜੀ ਅਤੇ ਉਦਮੀ। ਨੈਕਸਟ ਉਸ ਤੋਂ ਬਾਅਦ ਆਪਣੇ ਕੋਲ ਕੀ ਆਉਂਦਾ ਹੈ? ਕਹਿੰਦਾ ਇਹ ਪਿੰਡ ਪੰਜਾਬ ਵਿੱਚ ਸਥਿਤ ਹੈ ਜੋ ਕਿ ਆਲੇ ਦੁਆਲੇ ਦੇ ਪਿੰਡਾਂ ਅਤੇ ਕਸਬਿਆਂ ਨਾਲ ਭਲੀ ਭਾਂਤੀ ਛੋਟੀਆਂ ਸੜਕਾਂ ਰਾਹੀਂ ਜੁੜਿਆ ਹੋਇਆ। ਇਹਨਾਂ ਸੜਕਾਂ 'ਤੇ ਬੈਲ ਗੱਡੀਆਂ, ਤੂੜੀ, ਗੰਨਿਆਂ ਨਾਲ ਦੇ ਟਰੈਕਟਰ, ਟਰਾਲੀਆਂ ਸਮੇਤ ਹਰ ਤਰ੍ਹਾਂ ਦੇ ਵਾਹਨ ਜਿਵੇਂ ਕਿ ਬੱਸਾਂ, ਕਾਰਾਂ, ਮੋਟਰਸਾਈਕਲਾਂ ਆਦਿ ਦੇਖੇ ਜਾ ਸਕਦੇ ਹਨ। ਜਿਸ ਪਿੰਡ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਪਿੰਡ ਵਿੱਚ ਲਗਭਗ 400 ਪਰਿਵਾਰ ਰਹਿੰਦੇ ਨੇ। ਇਸ ਪਿੰਡ ਦੇ ਬਹੁਤ ਘਰ ਪੱਕੇ ਹਨ ਅਤੇ ਉਹਨਾਂ ਕੋਲ ਬਿਜਲੀ ਦੀ ਸਹੂਲਤ ਵੀ ਹੈਗੀ ਹੈ। ਕਹਿੰਦਾ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਅਤੇ ਇੱਕ ਸਰਕਾਰੀ ਡਿਸਪੈਂਸਰੀ ਵੀ ਖੁੱਲ੍ਹੀ ਹੋਈ ਹੈ। ਸਰਕਾਰੀ ਜਿਹੜੀ ਡਿਸਪੈਂਸਰੀ, ਉੱਥੇ ਇੱਕ ਡਾਕਟਰ, ਨਰਸ ਅਤੇ ਇੱਕ ਸੇਵਾਦਾਰ ਬੈਠਾ ਹੁੰਦਾ ਹੈ। ਨੇੜੇ ਦੇ ਹੋਰ ਪਿੰਡਾਂ ਵਿੱਚ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਹਨ। ਹੁਣ ਕਹਿੰਦਾ ਕਿ ਇਹ ਪਿੰਡ ਦਾ ਦ੍ਰਿਸ਼ ਦਿਖਾਇਆ ਗਿਆ ਅਤੇ ਖੇਤੀ ਪਿੰਡਾਂ ਦੀ ਮੁੱਖ ਕਿਰਿਆ ਦਿਖਾਈ ਗਈ ਹੈ। ਕਹਿੰਦੇ ਇਸ ਪਿੰਡ ਦੀ ਕਹਾਣੀ ਸਾਨੂੰ ਭਾਰਤ ਦੇ ਜ਼ਿਆਦਾਤਰ ਪਿੰਡਾਂ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਉਤਪਾਦਨ ਸੰਬੰਧੀ ਕਿਰਿਆਵਾਂ ਉਸਦੇ ਬਾਰੇ ਦੱਸੇਗੀ। ਭਾਰਤ ਦੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਦਾ ਮੁੱਖ ਜਿਹੜਾ ਧੰਦਾ ਹੈਗਾ, ਉਹ ਐਗਰੀਕਲਚਰ ਹੈ, ਖੇਤੀਬਾੜੀ ਹੈ। ਇਸ ਪਿੰਡ ਦਾ ਮੁੱਖ ਧੰਦਾ ਵੀ ਖੇਤੀਬਾੜੀ ਹੀ ਹੈ। ਕਹਿੰਦਾ ਇਸ ਪਿੰਡ ਦੇ ਕੰਮ ਕਰਨ ਦੇ ਯੋਗ ਲੋਕਾਂ ਵਿੱਚੋਂ 80% ਲੋਕ ਆਪਣੀ ਰੋਜ਼ੀ ਰੋਟੀ ਲਈ ਖੇਤੀ ਉੱਤੇ ਹੀ ਨਿਰਭਰ ਹਨ। ਜਿਵੇਂ ਹਰ ਉਤਪਾਦਨ ਲਈ ਸਾਨੂੰ ਚਾਰ ਕਾਰਕ ਚਾਹੀਦੇ ਹੈ, ਭੂਮੀ, ਕਿਰਤ, ਪੂੰਜੀ ਅਤੇ ਉਦਮੀ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਹੁਣ ਅਸੀਂ ਖੇਤੀ ਉਤਪਾਦਨ ਲਈ ਲੋੜੀਂਦੇ ਇਹਨਾਂ ਚਾਰੇ ਕਾਰਕਾਂ ਬਾਰੇ ਪੜ੍ਹਾਂਗੇ। ਫਸਟ ਆਪਾਂ ਪੜ੍ਹਨ ਜਾ ਰਹੇ ਹਾਂ, ਵਟ ਇਜ਼ ਅ ਲੈਂਡ? ਲੈਂਡ ਕੀ ਹੈ? ਖੇਤੀ ਯੋਗ ਭੂਮੀ ਖੇਤੀ ਉਤਪਾਦਨ ਦਾ ਮੁੱਖ ਸਾਧਨ ਕਹਿਲਾਉਂਦੀ ਹੈ ਅਤੇ ਇਹ ਇੱਕ ਕੁਦਰਤੀ ਦੇਣ ਹੈ। ਪਿੰਡਾਂ ਵਿੱਚ ਭੂਮੀ ਦਾ ਖੇਤਰ ਸੀਮਿਤ ਹੁੰਦਾ ਹੈ, ਨਿਸ਼ਚਿਤ ਹੁੰਦਾ ਹੈ, ਪਰ ਜਨਸੰਖਿਆ ਹਰ ਸਾਲ ਇਹ ਵੱਧਦੀ ਜਾਂਦੀ ਹੈ ਅਤੇ ਇੱਥੇ ਜਿਹੜੀ ਖੇਤੀ ਯੋਗ ਭੂਮੀ ਹੈ ਉਹ ਵਧਣ ਦੀ ਬਜਾਏ ਹੌਲੀ ਹੌਲੀ ਘਟਦੀ ਜਾ ਰਹੀ ਹੈ, ਕਿਉਂਕਿ ਪਿੰਡ ਦੇ ਨਾਲ ਲੱਗਦੀ ਜ਼ਮੀਨ ਗੁਆਂਢੀ ਪਿੰਡਾਂ ਦੀ ਹੈ। ਹਾਲਾਂਕਿ ਭੂਮੀ ਸਥਿਰ ਹੈਗੀ ਹੈ, ਇਸ ਦੇ ਵੱਖ ਵੱਖ ਹਿੱਸਿਆਂ ਦੀ ਉਪਜਾਊ ਸ਼ਕਤੀ ਜਿਹੜੀ ਹੈ ਵੱਖੋ ਵੱਖਰੀ ਹੈਗੀ ਹੈ। ਭੂਮੀ ਦੀ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਪਹਿਲੀ, ਭੂਮੀ ਕੁਦਰਤ ਨਾਲੋਂ ਦਿੱਤੀ ਹੋਈ ਅਨਮੁੱਲੀ ਸੁਗਾਤ ਹੈ। ਇਹ ਭੂਮੀ ਦੀ ਪੂਰਤੀ ਜਿਹੜੀ ਸੀਮਿਤ ਹੈ, ਭੂਮੀ ਸਥਿਰ ਹੈਗੀ ਹੈ। ਕੀ ਤੁਸੀਂ ਜਾਣਦੇ ਹੋ ਪੰਜਾਬ ਵਿੱਚ ਭੂਮੀ ਦੀ ਮਾਪਦੰਡ ਇਕਾਈ ਹੈਕਟੇਅਰ ਦੇ ਵਿੱਚ ਹੁੰਦੀ ਹੈ? ਇੱਕ ਹੈਕਟਰ ਜਿਹੜਾ ਹੈ 2.47 ਹੈਕਟਰ ਏਕੜ ਦੇ ਬਰਾਬਰ ਹੁੰਦਾ ਹੈ ਅਤੇ ਇੱਕ ਏਕੜ ਦੇ ਵਿੱਚ 8 ਕਨਾਲ ਹੁੰਦੇ ਨੇ। ਇੱਕ ਕਨਾਲ ਵਿੱਚ 20 ਮਰਲੇ ਆਉਂਦੇ ਹੈ ਅਤੇ ਇੱਕ ਮਰਲਾ 25 ਵਰਗ ਗਜ ਦਾ ਹੁੰਦਾ ਹੈ ਅਤੇ ਭਾਰਤ ਦੇ ਦੂਜੇ ਪਿੰਡਾਂ ਵਿੱਚ ਵਿਗਾ, ਗੋਇਠਾ ਵਰਖੀਆਂ ਇਕਾਈਆਂ ਵੀ ਪ੍ਰਚਲਿਤ ਹਨ। ਹੁਣ ਕਹਿੰਦਾ ਭੂਮੀ ਦੇ ਇੱਕ ਟੁਕੜੇ ਤੋਂ ਜ਼ਿਆਦਾ ਪੈਦਾਵਾਰ ਕਰਨ ਦੇ ਤਰੀਕੇ। ਕਹਿੰਦਾ ਪਿੰਡ ਦੀ ਸਾਰੀ ਖੇਤੀ ਜਿਹੜੀ ਹੈ ਉਹ ਮਤਲਬ